ਕਹਿਣਾ ਚਾਹੁੰਦਾ ਕਿ ਅਸੀਂ ਐਡੇ ਕਮਜ਼ੋਰ ਨਹੀਂ। ਮੈਂ ਪ੍ਰਸ਼ਾਸਨ ਕੋਲ ਆਇਆ ਕਿਉਂਕਿ ਪ੍ਰਸ਼ਾਸਨ ਦਬਾਅ ਥੱਲੇ ਵੋਟਾਂ 'ਚ ਤੁਹਾਨੂੰ ਮਜੀਠੇ ਦੇ ਲੋਕਾਂ ਨੇ ਪਹਿਲਾਂ ਵੀ ਭਜਾਇਆ ਅਤੇ ਇਹਨਾਂ ਕਰਤੂਤਾਂ ਕਰਕੇ ਮਜੀਠੇ ਦੇ ਲੋਕ ਤੁਹਾਨੂੰ ਫੇਰ ਭਜਾਉਣ। ਮੈਂ ਇਹਨਾਂ ਨੂੰ ਵਾਰਨਿੰਗ ਵੀ ਦਿੰਦਾ ਕਿ ਇਹ ਜੀ ਗੱਲ ਲੋਕਤੰਤਰ ਦਾ ਕੋਈ ਘਾਣ ਕਰੂਗਾ, ਅਸੀਂ ਡਟ ਕੇ ਉਹਦਾ ਮੁਕਾਬਲਾ ਕਰਾਂਗੇ। ਅੱਜ ਬਿਕਰਮ ਮਜੀਠੀਆ ਵੱਲੋਂ ਆਪਣੇ ਸਮਰਥਕਾਂ ਨਾਲ ਚੰਡਿਆਲਾ ਗੁਰੂ ਦੇ ਪੁਲਿਸ ਸਟੇਸ਼ਨ ਬਾਹਰ ਉਸ ਵੇਲੇ ਧਰਨਾ ਦਿੱਤਾ ਗਿਆ ਜਦ ਉਹ ਕਾਂਗਰਸੀ ਗੁੰਡਿਆਂ ਵੱਲੋਂ ਦਲਿਤਾਂ ਦਾ ਅਪਮਾਨ, ਗੁਰਸਿੱਖਾਂ ਦਾ ਅਪਮਾਨ ਤੇ ਗੁੰਡਾਗਰਦੀ ਖਿਲਾਫ ਚੰਡਿਆਲਾ ਗੁਰੂ ਦੇ ਪੁਲਿਸ ਸਟੇਸ਼ਨ ਵਿਖੇ ਸ਼ਿਕਾਇਤ ਦਰਜ ਕਰਵਾਉਣ ਗਏ ਸਨ ਅਤੇ ਕਾਰਵਾਈ ਦੀ ਮੰਗ ਕੀਤੀ, ਪਰ ਦਬਾਅ ਹੇਠ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਤੇ ਉਹਨਾਂ ਥਾਣੇ ਬਾਹਰ ਧਰਨਾ ਦੇ ਦਿੱਤਾ। ਬਿਕਰਮ ਮਜੀਠੀਆ ਨੇ ਦੋਸ਼ ਲਗਾਇਆ ਕਿ ਕਾਂਗਰਸੀ ਆਗੂਆਂ ਵੱਲੋਂ ਇੱਕ ਗੁਰਸਿੱਖ ਅਕਾਲੀ ਸਮਰਥਕ ਅਮਰੀਕ ਸਿੰਘ ਦੀ ਦਸਤਾਰ ਲਾਈ ਗਈ ਅਤੇ ਉਸ ਨੂੰ ਕੇਸਾਂ ਤੋਂ ਖਿੱਚ ਕੇ ਸਿੱਖੀ ਮਰਿਆਦਾ ਦੀ ਬੇਅਦਬੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਦੋਸ਼ ਲਗਾਇਆ ਕਿ ਕਾਂਗਰਸੀ ਆਗੂਆਂ ਵੱਲੋਂ ਦਲਿਤ ਅਕਾਲੀ ਸਮਰਥਕਾਂ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਅਪਮਾਨਿਤ ਵੀ ਕੀਤਾ ਗਿਆ ਹੈ। ਇਸ ਤਰੀਕੇ ਦੀ ਬਕਲਾਹਟ ਅਤੇ ਗੁੰਡਾਗਰਦੀ ਵੇਖਣ ਨੂੰ ਮਿਲ ਰਹੀ ਹੈ ਕਿ ਡੈਮੋਕ੍ਰੇਸੀ 'ਚ ਲੋਕਤੰਤਰ 'ਚ ਸਭ ਕੋਲ ਵੋਟਾਂ ਮੰਗਣ ਦਾ ਅਧਿਕਾਰ ਹੈ ਐਂਡ ਉਸ ਅਧਿਕਾਰ ਦੇ ਤਹਿਤ ਇੱਕ ਫੰਡਾਮੈਂਟਲ ਰਾਈਟ ਦੇ ਤਹਿਤ ਜਿਵੇਂ ਕੱਲ੍ਹ ਸਾਡੀ ਫਰੀਦਕੋਟ ਰੈਲੀ ਸੀ ਉਸ ਨੂੰ ਬੈਨ ਕਰਨ ਦੀ ਕੋਸ਼ਿਸ਼ ਕੀਤੀ, ਹਾਈ ਕੋਰਟ ਨੇ ਸਾਨੂੰ ਉਹਦੀ ਪਰਮਿਸ਼ਨ ਦਿੱਤੀ ਅਤੇ ਅੱਜ ਠਾਠਾ ਮਾਰ ਦਾ ਇਕੱਠ ਹੋਇਆ। ਉਹੀ ਫੰਡਾਮੈਂਟਲ ਰਾਈਟ ਦੀ ਉਲੰਘਣਾ ਅੱਜ ਸਾਡੇ ਚਗਾਵੇਂ ਤੋਂ ਜਿਹੜਾ ਕੈਂਡੀਡੇਟ ਹੈ ਸ਼ਡਿਊਲ ਕਾਸਟ ਵੀਰ ਹੈ ਅਮਰੀਕ ਸਿੰਘ, ਉਹਨਾਂ ਦੇ ਮਦਰ ਮਾਤਾ ਜੀ ਸਾਡੇ ਉਹ ਮੈਂਬਰ ਪੰਚਾਇਤ ਹੈ, ਉਹਦੇ ਮਾਤਾ ਜੀ ਸਾਡੇ ਕੈਂਡੀਡੇਟ ਨੇ, ਉਹ ਵੋਟਾਂ ਮੰਗਦੇ ਫਿਰਦੇ ਸੀ, ਮੇਰੇ ਕਜ਼ਨ ਨਾਲ ਸਾਧਪੁਰ ਪਿੰਡ ਗਏ ਸਨ ਅਤੇ ਉੱਥੇ ਇਹ ਕਾਂਗਰਸ ਦਾ ਜਿਹੜਾ ਉਮੀਦਵਾਰ ਸੀ ਉਹ ਜਸ ਮਿੱਤਰ, ਉਹਦੇ ਨਾਲ ਜਿਹੜਾ ਕਾਂਗਰਸ ਦਾ ਮੇਰੇ ਖਿਲਾਫ਼ 3 ਇਲੈਕਸ਼ਨ ਬੁਰੀ ਤਰ੍ਹਾਂ ਮਜੀਠੇ ਦੇ ਲੋਕਾਂ ਨੇ ਉਹਨੂੰ ਹਰਾਇਆ, ਉਹ ਸੁਖਜਿੰਦਰ ਰਾਜ ਸਿੰਘ ਲਾਲੀ ਉਹਦਾ ਜਿਹੜਾ ਇੱਕ ਭਤੀਜਾ ਆਕਾਸ਼ ਜਿਹੜਾ ਪੀਓ ਹੈ, ਕਈ ਉਹਦੇ 'ਚ ਅਪਰਾਧਿਕ ਮਾਮਲਿਆਂ 'ਚ ਜਦੋਂ ਉਹਨੇ ਗੁੰਡਾਗਰਦੀ ਪਹਿਲਾਂ ਵੀ ਕੀਤੀ ਸੀ, ਇਲੈਕਸ਼ਨ ਕਮਿਸ਼ਨ ਵੱਲੋਂ ਉਹਨਾਂ 'ਤੇ ਪਰਚੇ ਦਰਜ ਹੋਏ ਸੀ ਉਹ ਸੀ, ਅਤੇ ਨਾਲ ਹੀ ਇੱਕ ਉਹਨਾਂ ਦਾ ਕਾਂਗਰਸ ਦਾ ਸੀਨੀਅਰ ਇੱਕ ਲੀਡਰ ਕਹਿੰਦਾ ਆਪਦੇ ਆਪ ਨੂੰ ਕਹਿੰਦਾ ਮੋਹਨ ਸਿੰਘ ਨਿੱਬਰਵਿੰਡ ਉਹ ਸੀ, ਅਤੇ ਕੁਛ ਹੋਰ ਬੰਦੇ ਸਨ ਜਿਨ੍ਹਾਂ ਦੇ ਮੇਨ ਦੇ ਮੈਂ ਨਾਂ ਦੱਸ ਰਿਹਾ। ਦੇਖੋ ਇਹਨਾਂ ਨੂੰ ਵੋਟਾਂ ਮੰਗਦਿਆਂ ਨੂੰ ਘਰ 'ਚ ਬੈਠੇ ਸਨ, ਇਹ ਬਾਹਰ ਆਏ, ਇਹਨਾਂ ਨੂੰ ਜਾਤੀ ਸੂਚਕ ਲਫ਼ਜ਼ ਵਰਤੇ, ਸਾਡਾ ਉਹ ਐਸੀ ਵੀਰ ਹੈ ਜਿਹਦੇ ਖਿਲਾਫ਼, ਫਿਰ ਇਕੱਲੇ ਉਹ ਨਹੀਂ, ਉਹ ਮੇਰੇ ਕਜ਼ਨ ਦੀ ਗੱਡੀ 'ਚ ਬਹਿ ਗਿਆ ਸੀ, ਉਹਨੂੰ ਗੱਡੀ 'ਚੋਂ ਲਾ ਕੇ ਉਹਨੂੰ ਕੁੱਟਣਾ ਸ਼ੁਰੂ ਕੀਤਾ ਕਿ ਕਿਸੇ ਦੀ ਹਿੰਮਤ ਨਹੀਂ ਪਈ ਸੀ ਸਾਡੇ ਖਿਲਾਫ਼ ਕਾਗਜ਼ ਭਰਨ ਦੀ, ਤੂੰ ਕਾਗਜ਼ ਕਿਵੇਂ ਭਰਤੇ। ਫਿਰ ਸੰਦੀਪ ਜਿਹੜਾ ਸਾਡਾ ਗੁਰਸਿੱਖ ਵੀਰ ਸੀ, ਇਹ ਕਾਂਗਰਸੀਆਂ ਦਾ ਹੀ ਅਸਲੀ ਚਿਹਰਾ ਫਿਰ ਨੰਗਾ ਹੁੰਦਾ ਜਾਂਦਾ, ਉਸ ਗੁਰਸਿੱਖ ਵੀਰ ਨੂੰ ਉਹਦੀ ਪੱਗ ਲਾਈ, ਉਹਦੀ ਦਾੜੀ ਨਾਲ ਉਹਦੇ ਕੇਸਾਂ ਦੀ ਬੇਅਦਬੀ ਕੀਤੀ, ਅਤੇ ਸਾਰਾ ਕੁਛ ਹੋਣ ਤੋਂ ਬਾਅਦ ਇਹ ਗੱਲ ਇਹਨਾਂ ਨੂੰ ਦਬਕਾ ਕੇ ਗਈ ਕਿ ਤੁਸੀਂ ਇਲੈਕਸ਼ਨ ਨਾ ਲੜੋ, ਇੱਥੋਂ ਭੱਜੋ। ਮੈਂ ਇਹਨਾਂ ਕਾਂਗਰਸੀ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਐਡੇ ਕਮਜ਼ੋਰ ਨਹੀਂ, ਕੋਈ ਇੱਥੋਂ ਨਹੀਂ ਭੱਜੂ। ਵੋਟਾਂ 'ਚ ਤੁਹਾਨੂੰ ਮਜੀਠੇ ਦੇ ਲੋਕਾਂ ਨੇ ਪਹਿਲਾਂ ਵੀ ਭਜਾਇਆ ਅਤੇ ਇਹਨਾਂ ਕਰਤੂਤਾਂ ਕਰਕੇ ਮਜੀਠੇ ਦੇ ਲੋਕ ਤੁਹਾਨੂੰ ਫੇਰ ਭਜਾਉਣ। ਅੱਜ 5-6 ਇਲੈਕਸ਼ਨ ਹੋ ਗਈ ਹੈ, ਇਹ ਮਜੀਠੇ ਦੀ ਸੰਗਤ ਨੇ ਹਮੇਸ਼ਾ ਹੀ ਆਪਦਾ ਮਿਹਰ ਭਰਿਆ ਆਤਮਿਰਤੀ ਰੱਖਿਆ। ਅਸੀਂ ਚਾਹੁੰਦੇ ਹਾਂ ਕਿ ਸ਼ਾਂਤਮਈ ਢੰਗ ਨਾਲ ਇਲੈਕਸ਼ਨ ਹੋਵੇ, ਮਗਰ ਕਾਂਗਰਸ ਦੀ ਕਿਉਂਕਿ ਕੰਮ ਕੋਈ ਨਹੀਂ ਕੀਤਾ, ਗੁੰਡਾਗਰਦੀ ਬਕਲਾਹਟ ਵੇਖੋ ਕਿ ਇੱਕ ਗਰੀਬ ਬੰਦੇ ਨੂੰ, ਦਲਿਤ ਵੀਰ ਨੂੰ, ਉਹਦੀ ਮਾਤਾ ਜੀ ਦੀ ਇਲੈਕਸ਼ਨ ਲੜ ਰਹੀ ਹੈ, ਉਹਨੂੰ ਇਕੱਲਾ ਇਸ ਲਈ ਡਰਾਇਆ ਧਮਕਾਇਆ ਜਾ ਰਿਹਾ ਦਿਹਾੜੀ ਕਰਨ ਵਾਲੇ ਬੰਦੇ ਨੂੰ ਕਿ ਉਹ ਵੋਟਾਂ ਨਾ ਮੰਗ, ਫਿਰ ਇੱਕ ਗੁਰਸਿੱਖ ਨੂੰ ਉਹਦੇ ਨਾਲ ਉਹਦੀ ਪੱਗ ਲਾਉਣਾ, ਉਹਦੇ ਕੇਸਾਂ ਨਾਲ ਉਹਨੂੰ ਖਿੱਚਣਾ ਧੂਣਾ, ਉਹਦੇ ਪੱਗ ਉਹਦੇ ਦਾੜੇ ਦੀ ਬੇਅਦਬੀ ਕਰਨੀ, ਇਹ ਅੱਜ ਜਿਹੜਾ ਲਾਲੀ ਹੈ ਉਹਦੇ ਭਤੀਜੇ ਆਕਾਸ਼ ਨੇ, ਆ ਮੋਹਨ ਸਿੰਘ ਜਿਹੜਾ ਇੱਕ ਮੈਂ ਤੁਹਾਨੂੰ ਪਹਿਲਾਂ ਦੱਸਿਆ ਪੀਓ ਆਕਾਸ਼, ਅਤੇ ਨਾਲ ਹੀ ਮੋਹਨ ਸਿੰਘ ਨਿੱਬਰਵਿੰਡ ਜਿਹਨੂੰ 3 ਸਾਲ ਹੋਣੇ ਸਜ਼ਾ ਹੋਈ ਆ ਕੋਈ ਇਹੋ ਜਿਹੇ ਪੁਟੇਜ ਦੇ ਕੰਮ 'ਚ, ਅਤੇ ਨਾਲ ਹੀ ਇਹ ਹੋਰ ਉੱਥੋਂ ਦੇ ਆ ਸਾਰੇ ਕੈਂਡੀਡੇਟ, ਜਿੱਥੇ ਮੈਂ ਇਹਨਾਂ ਨੂੰ ਵਾਰਨਿੰਗ ਵੀ ਦਿੰਦਾ ਕਿ ਇਹੋ ਜਿਹੀ ਗੱਲ ਲੋਕਤੰਤਰ ਦਾ ਕੋਈ ਘਾਣ ਕਰੂਗਾ, ਅਸੀਂ ਡਟ ਕੇ ਉਹਦਾ ਮੁਕਾਬਲਾ ਕਰਾਂਗੇ। ਕੱਲ੍ਹ ਵੀ ਕਰਕੇ ਆਏ ਹਾਂ, ਫਰੀਦਕੋਟ ਹਾਈ ਕੋਰਟ ਤੱਕ ਗਏ ਹਾਂ, ਅੱਜ ਵੀ ਦਿੰਦੇ ਹਾਂ ਕਿ ਮੈਂ ਪ੍ਰਸ਼ਾਸਨ ਕੋਲ ਆਇਆ ਕਿਉਂਕਿ ਪ੍ਰਸ਼ਾਸਨ ਦਬਾਅ ਥੱਲੇ ਸਾਰੀ ਗੱਲ
अंदर खाते पुलिस मनी जाती है कि बिल्कुल जो तुम कह रहे हो उही होया, मगर इस तरीके का दबाव बनाया जा रहा क्योंकि उन्होंने कैंडीडेट एक एक उन्होंने जो मेरे तो इलेक्शन हारे तीन चार बारी एक भतीजा कि उन्होंने कार्रवाई नहीं होनी चाहिए वो लिए सारा कुछ। बिक्रम मजीठिया ने कहा कि कांग्रेस बौखलाहट में आके लोकतंत्र का कांड कर रही है। उन्होंने कहा कि दलित भाईचारे पर अत्याचार किया जा रहा है जिस दे लई उन्हां ने कांग्रेसी आगुआ खिलाफ कार्रवाई की मांग की है। जंडियाला गुरु तो राजीव शर्मा नाल दैनिक सवेरा टीवी।